ਅੰਮ੍ਰਿਤਸਰ ਦੇ ਕੋਟ ਖਾਲਸਾ ਨਗਰ ਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਮੁਹੱਲੇ ਦੇ ਵਿੱਚ ਪਿਛਲੇ 20 ਸਾਲਾਂ ਤੋਂ ਚੱਲ ਰਹੇ ਦੋ ਮੁਰਗੀ ਖਾਨਿਆਂ ਨੂੰ ਬੰਦ ਕਰਵਾਉਣ ਦੇ ਲਈ ਇਲਾਕਾ ਨਿਵਾਸੀਆਂ ਦੇ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਮੁਰਗੀ ਖਾਨੇ ਤੋਂ ਆ ਰਹੀ ਭਾਰੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੁਝ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਦੋਨਾਂ ਮੁਰਗੀ ਖਾਨਿਆਂ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਇਹਨਾਂ ਨੂੰ ਸ਼ਹਿਰ ਤੋਂ ਦੂਰ ਲਿਜਾਇਆ ਜਾਵੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਹਾਲੇ ਵੀ ਇਸ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵੱਲੋਂ ਵੱਡਾ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਰਣਜੀਤ ਸਿੰਘ ਜੀ ਖਾਲਸਾ ਨਗਰ ਇਹ ਜੋ ਜੀ ਤੁਹਾਨੂੰ ਸਾਰੀ ਜਨਤਾ ਇਕੱਠੀ ਹੋਈ ਹੈ ਤੁਹਾਨੂੰ ਪ੍ਰੋਬਲਮ ਅੱਗੇ ਪ੍ਰਧਾਨ ਸਾਹਿਬ ਨੇ ਦੱਸੀ ਆ ਕਿ ਇੱਕ ਤਾਂ ਸਾਡੇ ਜਿਹੜਾ ਪ੍ਰਦੂਸ਼ਣ ਆ ਬਹੁਤ ਜ਼ਿਆਦਾ ਹੈ ਅਤੇ ਮੁਰਗੀ ਖਾਨੇ ਦੀ ਪ੍ਰੋਬਲਮ ਇੰਨੀ ਕਿ ਅਸੀਂ ਬੱਚਿਆਂ ਤੋਂ ਇੱਥੇ ਰਹਿ ਕੇ ਬੁੱਢੇ ਹੋ ਗਏ ਹਾਂ ਅਤੇ ਕਈ ਤਾਂ ਇਹ ਵਿਚਾਰੇ ਸਾਡੀ ਉਮਰ ਦੇ ਤੁਰਨ ਜੋਗੇ ਵੀ ਨਹੀਂ ਰਹਿ ਗਏ ਕਈ ਤਾਂ ਗੁਰੂ ਨੂੰ ਪਿਆਰੇ ਵੀ ਹੋ ਗਏ ਆ ਬਿਮਾਰੀ ਕਰਕੇ ਹੋਰ ਇੱਥੇ ਪ੍ਰੋਬਲਮ ਹੈ ਜਿਹੜਾ ਆਉਣ ਜਾਣ ਵਾਲਾ ਤੁਸੀਂ ਵੇਖਿਆ ਗੱਡੀਆਂ ਲੰਘਦੀਆਂ ਪਈਆਂ ਸੀ ਅਤੇ ਆਉਣ ਜਾਣ ਵਾਲਾ ਰਾਹੀ ਹੱਸਦੇ ਆ ਵੀ ਇਹ ਕਿੱਥੇ ਰਹਿਣ ਡੇ ਤੁਸੀਂ ਇਹ ਕੋਈ 20-25-30 ਸਾਲਾਂ ਤੋਂ ਜਿਹੜੀ ਹੈ ਇੱਥੇ ਡਿਮਾਂਡ ਹੋਣ ਡਈ ਆ ਸਰਕਾਰ ਕੋਲ ਜਾਂਦੇ ਕੋਈ ਸੁਣਵਾਈ ਨਹੀਂ ਹੁੰਦੀ ਮੰਗ ਪੱਤਰ DC ਸਾਹਿਬ ਨੂੰ ਵੀ ਉੱਪਰ ਵੀ ਗਏ ਆ ਪਰ ਉਹਨਾਂ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਅਤੇ ਸਾਡੀ ਤਾਂ ਇੱਕੋ ਰਿਕੁਐਸਟ ਆ ਵੀ ਅਸੀਂ ਜੋ ਜ਼ਿੰਦਗੀ ਸਾਡੀ ਥੋੜ੍ਹੀ ਬਹੁਤੀ ਬਚੀ ਚਲੋ ਸਾਡੇ ਅਸੀਂ ਨਹੀਂ ਅਤੇ ਸਾਡੇ ਜਿਹੜੇ ਬੱਚੇ ਉਹ ਤਾਂ ਆਉਣ ਵਾਲੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕਣ ਸਾਨੂੰ ਨਰਕ ਦਾ ਰੂਪ ਆ ਸਾਡੀਆਂ ਲੜਕੀਆਂ ਜੋ ਵੀ ਜਾਂਦੇ ਆ ਉਹ ਸਵੇਰੇ ਵੇਖਿਓ ਕਿ ਮੂੰਹ ਬੱਧੇ ਹੁੰਦੇ ਉਹਨਾਂ ਨੇ ਅਤੇ ਹੁਣ ਤਾਂ ਪੁਲਿਸ ਵੀ ਉਹਨਾਂ ਨੂੰ ਮੂੰਹ ਬੰਨਣ 'ਤੇ ਫੜਨ ਦਾ ਪਈ ਹੈ ਇੱਥੇ ਨਾ ਕੇ ਲੱਗਣ ਦਾ ਪਿਆ ਸਾਡਾ ਇਹ ਰਿਕੁਐਸਟ ਹੈ ਕਿ ਕੁਛ ਨਾ ਕੁਛ ਕੀਤਾ ਜਾਵੇ ਬੜੇ ਚਿਰ ਤੋਂ ਮਸਲਾ ਲੜਕਦਾ ਪਿਆ ਮੁਰਗੀ ਖਾਨਾ ਦਾ ਜਿਹੜਾ ਸਾਡਾ ਮਸਲਾ ਹੱਲ ਕੀਤਾ ਜਾਵੇ ਇਹ ਸਾਰੇ ਮੇਰੇ ਵੀਰ ਜਿੰਨੇ ਵੀ ਇਕੱਠੇ ਹੋਏ ਇਸੇ ਪ੍ਰੋਬਲਮ ਕਰਕੇ ਇਕੱਠੇ ਹੋਏ ਆ ਮੁਰਗੀ ਖਾਨੇ ਦਾ ਨਾਂ ਤਾਂ ਇਹ ਪ੍ਰਧਾਨ ਸਾਹਿਬ ਨੇ ਦੱਸਿਆ ਅੱਗੇ ਜਿਹਨਾਂ ਜਿਹਨਾਂ ਦੇ ਨਾਂ ਸੀ ਅਤੇ ਆਈਡੀਆ ਜਿਹਾ ਕਿ ਵੀ ਇਹ ਸਰਕਾਰ ਦੇ ਬੀਨ ਅੰਡਰ ਵੀ ਨਹੀਂ ਹੈਗਾ ਬਿਨਾਂ ਸਰਕਾਰ ਤੋਂ ਹੀ ਚੱਲਣ ਡਿਆ ਨਾ ਕੋਈ ਇਹ ਟੈਕਸ ਦਿੱਤਾ ਜਾਂਦਾ ਨਾ ਕੁਛ ਕੀ ਬਿਨਾਂ ਹੀ ਜਿਵੇਂ ਕਹਿ ਦਿੰਦੇ ਕਿ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਇਹਦਾ ਬੂਹਾ ਅਤੇ ਨਾ ਕੋਈ ਬਾਰੀ ਆ ਇਹ ਤਾਂ ਬਿਲਕੁਲ ਹੀ ਗੌਰਮੈਂਟ ਦੇ ਅੰਡਰ ਨਹੀਂ ਲੱਗਦਾ ਨਾ ਕੋਈ ਬੋਰਡ ਆ ਅਪੀਲ ਕੀਤੀ ਗਈ ਆ ਅਪੀਲ ਕਈ ਵਾਰਾਂ ਵੀ ਕੀਤੀ ਗਈ ਆ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਗਈ ਆ ਪਰ ਕਿਸੇ ਨੇ ਕੋਈ ਮੰਨਿਆ ਨਹੀਂ ਮੁਰਗੀ ਖਾਨੇ ਦੇ ਮਾਲਕ ਮੇਰੇ ਵੀਰਾਂ ਨੇ ਅੱਗੇ ਕੀਤੀ ਆ ਕੁਛ ਕਿਹਾ ਨਹੀਂ ਅਸੀਂ ਤੇ ਪ੍ਰਸ਼ਾਸਨ ਜੋ ਕਿ ਪ੍ਰਸ਼ਾਸਨ ਹੀ ਇੱਕ ਹੁੰਦਾ ਹੈ ਉਹ ਆਮ ਜਨਤਾ ਦਾ ਰਕਵਾਲਾ ਤਾਂ ਪ੍ਰਸ਼ਾਸਨ ਹੀ ਆ ਸਰਕਾਰ ਹੀ ਹੁੰਦੀ ਆ ਤੇ ਅਸੀਂ ਤਾਂ ਮੰਗ ਇਹੋ ਹੀ ਡਿਮਾਂਡ ਰੱਖਦੇ ਹਾਂ ਕਿ ਸਾਡੇ ਜੋ ਗਲੀਆਂ ਨਾਲੀਆਂ ਬਰਨੀਆਂ ਇਹਨਾਂ ਦਾ ਪ੍ਰਦੂਸ਼ਣ ਫਿਰ ਉਹ ਰਹਿਣਾ ਤੇ ਜਿਹੜਾ ਮੁਰਗੀ ਖਾਨਾ ਹੈ ਜਲਦ ਤੋਂ ਜਲਦ ਚੁੱਕਿਆ ਜਾਵੇ ਤੇ ਸਾਡੀ ਆਉਣ ਵਾਲੀ ਜ਼ਿੰਦਗੀ ਬਾਰੇ ਕੋਈ ਜਿਹੜੀ ਨਵੀਂ ਜਨਰੇਸ਼ਨ ਆ ਉਹ ਚੱਜ ਦੀ ਜ਼ਿੰਦਗੀ ਜੀ ਸਕੇ ਮੁਰਗੀ ਖਾਨੇ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਵਾ ਦੋ ਮੁਰਗੀ ਖਾਨੇ ਆ ਇੱਕ ਪ੍ਰੇਮ ਸਿੰਘ ਆ ਇੱਕ ਬਬਲੂ ਸਿੰਘ ਹਾਂਜੀ ਇਹਨਾਂ ਦੇ ਇਹ ਮੁਰਗੀ ਖਾਨੇ ਇੱਥੋਂ ਚੁੱਕੇ ਜਾਣ ਬਾਹਰ ਕੱਢੇ ਜਾਣ ਇਹਨਾਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਲੋਕਾਂ ਨੂੰ ਜਨਤਾ ਨੂੰ ਬਿਮਾਰੀ ਫੈਲ ਰਹੀ ਆ ਮੱਛੀ ਹੋਰ ਬਿਮਾਰੀਆਂ ਲੱਗ ਰਹੀਆਂ ਵਾ ਅਤੇ ਇਹਨਾਂ ਪਿੰਡ ਦੇ ਵਿੱਚ ਵਿਚਕਾਏ ਮੁਰਗੀ ਖਾਨਾ ਵਾ ਦੋਵੇਂ ਲੋਕ ਸਾਰੀ ਜਨਤਾ ਪਿੰਡ ਸਾਰਾ ਬਿਮਾਰ ਪਿਆ ਵਾ ਇਹ ਮੁਰਗੀ ਖਾਨੇ ਨੂੰ ਹਾਂਜੀ DC ਸਾਹਿਬ ਨੂੰ ਦਿੱਤੀ ਉਹਨਾਂ ਆਖਿਆ ਵੀ ਕੱਢਿਆ ਜਾਊਗਾ ਅਸੀਂ ਐਪ ਉਹਦੀ ਫੋਟੋ ਕਾਪੀ ਲਈ ਹੈ ਹਾਂਜੀ ਉਹਨੂੰ ਹੋ ਗਏ 3 ਮਹੀਨੇ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਖਾਲਸਾ ਨਗਰ ਵਿੱਚ ਦੋਵੇਂ ਮੁਰਗੀ ਖਾਨੇ ਕੱਢੇ ਜਾਣ ਬਾਹਰ ਚੁੱਕੇ ਜਾਣ ਬਸ
ਤੇ ਨਾ ਮੰਗਿਆ ਤੇ ਅਸੀਂ ਸੜਕਾਂ ਦੇ ਧਰਨੇ ਲਵਾਂਗੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।